ਜੌਬ ਦੀ ਜਿਹੜੀ ਆ ਬਾਹਰੋਂ ਅੰਦਰੂਨੀ ਲੰਬਾਈ ਚੌੜਾਈ ਮੋਟਾਈ ਜਾਂ ਬਾਹਰੀ ਜੇ ਵਿਆਸ ਨਾਪਣਾ ਹੋਵੇ ਉਹਦੇ ਵਾਸਤੇ ਜਿਹੜਾ ਹੈਗਾ ਕੈਲੀਪਰ ਦਾ ਇਸਤੇਮਾਲ ਕੀਤਾ ਜਾਂਦਾ। ਫੋਰ ਐਗਜ਼ਾਮਪਲ ਇਹ ਆਪਣੇ ਕੋਲ ਇੱਕ ਜੌਬ ਹੈਗੀ ਆ, ਜੌਬ ਦੀ ਆਪਾਂ ਬਾਹਰੋਂ ਗੁਲਾਈ ਨਾਪਣੀ ਆ ਜਾਂ ਅੰਦਰਲੇ ਪੋਰਸ਼ਨ ਦੀ ਆਪਾਂ ਜਿਹੜਾ ਇਹ ਸੁਰਾਖ ਹੈਗਾ ਇਹਦੀ ਅੰਦਰੋਂ ਮੋਟਾਈ ਨਾਪਣੀ ਆ ਜਾਂ ਉਹਦਾ ਵਿਆਸ ਨਾਪਣਾ ਹੈ ਜਾਂ ਅਰਧ ਵਿਆਸ ਨਾਪਣਾ। ਸੋ ਉਹਦੇ ਵਾਸਤੇ ਬੇਟੇ ਕੈਲੀਪਰ ਦਾ ਪ੍ਰਯੋਗ ਕੀਤਾ ਜਾਂਦਾ। ਸੋ ਕੈਲੀਪਰ ਹੁੰਦਾ ਕੀ ਆ, ਸੋ ਇਸ ਡਿਵਾਈਸ ਨੂੰ ਬੇਟੇ ਆਪਾਂ ਕੈਲੀਪਰ ਕਹਿੰਦੇ। ਸੋ ਇਹ ਬੇਟੇ ਇੱਕ ਕੈਲੀਪਰ ਹੈਗਾ, ਕੈਲੀਪਰ ਨੂੰ ਜਿਹੜਾ ਆਪਾਂ ਇਸਤੇਮਾਲ ਕਿੱਦਾਂ ਕਰਦੇ ਹਾਂ ਐਦਾਂ ਇਹਨੂੰ ਆਊਟਸਾਈਡ ਕੈਲੀਪਰ ਕਹਿ ਰਹੇ ਹਾਂ। ਸੋ ਇਹਦੇ ਵਿੱਚ ਆਪਾਂ ਜਿਹੜਾ ਜੌਬ ਦੇ ਕਿਸੇ ਬਾਹਰਲੀ ਵਿਆਸ ਨੂੰ ਇਹਨੂੰ ਸੈੱਟ ਕਰਕੇ ਜਿਹੜਾ ਹੈਗਾ ਇੱਕ ਪੋਜੀਸ਼ਨ 'ਤੇ ਸੈੱਟ ਕਰ ਲੈਂਦੇ ਹਾਂ। ਉਹਦੇ ਤੋਂ ਬਾਅਦ ਜਿਹੜੀ ਇਹਦੀ ਗੁਲਾਈ ਹੁੰਦੀ ਆ ਉਹਨੂੰ ਆਪਾਂ ਸਕੇਲ ਦੇ ਨਾਲ ਚੈੱਕ ਕਰ ਲੈਂਦੇ ਹਾਂ ਵੀ ਇਹ ਇਸ ਟਾਈਮ ਜਿਹੜੀ ਆ ਕਿੰਨੀ ਇਹਦੀ ਗੁਲਾਈ ਆ ਰਹੀ ਹੈ। ਸੋ ਜੇਕਰ ਆਪਾਂ ਇਹਦੀ ਪਮੈਸ ਦੀ ਗੱਲ ਕਰੀਏ ਜਿਹੜੇ ਲਗਭਗ 40 mm ਇਸ ਟਾਈਮ ਜਿਹੜੀ ਆ ਕੈਲੀਪਰ ਦੇ ਉੱਤੇ ਦਿਖਾਈ ਦੇ ਰਹੀ ਆ। ਇਹ ਮਤਲਬ ਇੰਸਟਰੂਮੈਂਟ ਦੀ ਇੱਕੋ ਗੱਲ ਹੁੰਦੀ ਆ ਵੀ ਇਹਦੇ ਨਾਲ ਆਪਾਂ ਡਾਇਰੈਕਟ ਜਿਹੜੀ ਆਪਾਂ ਰੀਡਿੰਗ ਨਹੀਂ ਲੈਂਦੇ। ਸੋ ਇਹਦੇ ਨਾਲ ਜਿਹੜੀ ਰੀਡਿੰਗ ਆ ਹਮੇਸ਼ਾ ਉਹ ਇੰਡਾਇਰੈਕਟਲੀ ਲਈ ਜਾਂਦੀ ਆ, ਮਤਲਬ ਇਸ ਰੀਡਿੰਗ ਤੇ ਪਹਿਲਾਂ ਇਹਦੇ ਤੇ ਲੈ ਕੇ ਉਹ ਤੋਂ ਬਾਅਦ ਸਕੇਲ ਦੇ ਉੱਤੇ ਇਹਨੂੰ ਟ੍ਰਾਂਸਫਰ ਕਰਕੇ ਰੀਡਿੰਗ ਨੂੰ ਲਿਆ। ਸੋ ਜੇਕਰ ਆਪਾਂ ਕੈਲੀਪਰ ਦੀ ਫਰਦਰ ਗੱਲ ਕਰੀਏ, ਸੋ ਕੈਲੀਪਰ ਜਿਹੜੇ ਹੁੰਦੇ ਨੇ ਬੇਟੇ ਇਹ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਕੈਲੀਪਰ ਹੁੰਦਾ ਫਿਲਮ ਜੁਆਇੰਟ ਕੈਲੀਪਰ। ਸੋ ਫਿਲਮ ਜੁਆਇੰਟ ਕੈਲੀਪਰ ਕਿਹੜਾ ਹੁੰਦਾ ਬੇਟੇ, ਤੁਸੀਂ ਧਿਆਨ ਦਿਓ ਇੱਕ ਇਹ ਵਾਲਾ ਕੈਲੀਪਰ ਹੈਗਾ ਜਿਹਦੇ ਵਿੱਚ ਜਿਹੜਾ ਸੈਂਟਰ ਪੋਰਸ਼ਨ ਆ ਉਹ ਇੱਕ ਨੱਟ ਦੇ ਨਾਲ ਇੱਕ ਦੂਜੇ ਨਾਲ ਜੁੜਿਆ ਹੋਇਆ। ਸੋ ਇਹੋ ਜਿਹੇ ਕੈਲੀਪਰ ਨੂੰ ਆਪਾਂ ਫਿਲਮ ਜੁਆਇੰਟ ਕਹਿ ਦਿੰਦੇ ਹਾਂ। ਇਹਦੇ ਵਿੱਚ ਸੈਂਟਰ ਦੇ ਵਿੱਚ ਇੱਕ ਰਿਬਨ ਦੇ ਨਾਲ ਦੋਨੋਂ ਲੈਗਸ ਜਿਹੜੀਆਂ ਜੁੜੀਆਂ ਜਾਂਦੀਆਂ। ਸੋ ਜਿੱਦਾਂ ਵਾਲੀ ਹੱਥ ਨਾਲ ਆਪਾਂ ਇਹਨੂੰ ਖੋਲ੍ਹ ਕੇ ਖੁੱਲ੍ਹਾ ਕਰ ਸਕਦੇ ਹਾਂ ਜਾਂ ਚੌੜਾ ਕਰ ਸਕਦੇ ਹਾਂ ਕਿਉਂਕਿ ਦੋਨੋਂ ਜਿਹੜੀਆਂ ਲੈਗਸ ਨੇ ਇੱਕ ਰਿਬਨ ਦੇ ਨਾਲ ਜਾਂ ਇੱਕ ਸੈਂਟਰ ਬਟਨ ਨਾਲ ਸੈਂਟਰ ਤੋਂ ਜੁੜੀਆਂ ਹਨ। ਸੋ ਇਹਨੂੰ ਬੇਟੇ ਆਪਾਂ ਫਿਲਮ ਜੁਆਇੰਟ ਕੈਲੀਪਰ ਕਹਿ ਦਿੰਦੇ। ਸੋ ਇੱਕ ਬੇਟੇ ਕੈਲੀਪਰ ਇਹੋ ਜਿਹਾ ਹੁੰਦਾ ਜਿਹਦੇ ਵਿੱਚ ਇੱਕ ਸੈਂਟਰ ਦੇ ਉੱਤੇ ਸਪਰਿੰਗ ਲੱਗਿਆ ਹੁੰਦਾ ਬੇਟੇ, ਇਸ ਸਪਰਿੰਗ ਦੀ ਮਦਦ ਨਾਲ ਆਪਾਂ ਇਹਨੂੰ ਖੁੱਲ੍ਹਾ ਜਾਂ ਲੂਜ਼ ਕਰ ਸਕਦੇ ਹਾਂ। ਸੋ ਇਹੋ ਜਿਹੇ ਕੈਲੀਪਰ ਨੂੰ ਆਪਾਂ ਸਪਰਿੰਗ ਜੁਆਇੰਟ ਕੈਲੀਪਰ ਕਹਿ ਦਿੰਦੇ ਹਾਂ। ਸੋ ਦੋ ਤਰ੍ਹਾਂ ਦੇ ਕੈਲੀਪਰ ਨੇ ਬੇਟੇ, ਇੱਕ ਹੈਗਾ ਆਪਣਾ ਸੈਂਟਰ ਦੇ ਵਿੱਚ ਜਿਹੜਾ ਇੱਕ ਪੇਜ ਨਾਲ ਜੁੜੇ ਹੋਏ ਨੇ ਦੋਨੋਂ ਲੈਗਸ, ਉਹਨੂੰ ਆਪਾਂ ਫਿਲਮ ਜੁਆਇੰਟ ਕੈਲੀਪਰ ਕਹਿ ਦਿੰਦੇ ਹਾਂ। ਇੱਕ ਬੇਟੇ ਹੁੰਦਾ ਇੱਕ ਸਪਰਿੰਗ ਦੇ ਨਾਲ ਜਿਹੜਾ ਵਰਕ ਕਰਦਾ, ਸੋ ਉਹ ਵਾਲਾ ਕੈਲੀਪਰ ਸਪਰਿੰਗ ਜੁਆਇੰਟ ਕੈਲੀਪਰ ਦੇ ਵਿੱਚ। ਸੋ ਇਸ ਤਰੀਕੇ ਨਾਲ ਜਿਹੜੇ ਆਪਾਂ ਦੋ ਤਰ੍ਹਾਂ ਦੇ ਕੈਲੀਪਰ ਦਾ ਇਸਤੇਮਾਲ ਕਰਦੇ ਹਾਂ। ਸੋ ਅੱਗੇ ਉਹ ਜਿਹੜੇ ਦੋਨੋਂ ਤਰ੍ਹਾਂ ਦੇ ਕੈਲੀਪਰ ਨੇ ਇਹ ਵੀ ਅੱਗੇ ਦੋ ਤਰ੍ਹਾਂ ਦੇ ਆ ਜਾਂਦੇ ਆ। ਨੰਬਰ ਇੱਕ ਹੈ ਬੇਟੇ ਆਊਟਸਾਈਡ ਕੈਲੀਪਰ, ਫਿਲਮ ਜੁਆਇੰਟ ਦੀ ਗੱਲ ਕਰੀਏ ਇਹਦੇ ਬੇਟੇ ਆਊਟਸਾਈਡ ਕੈਲੀਪਰ ਤੇ ਬੇਟੇ ਹੈਗਾ ਇਨਸਾਈਡ ਕੈਲੀਪਰ। ਸੋ ਇਹ ਜਿਹੜਾ ਹੈਗਾ ਇਹ ਆਪਾਂ ਇਸਤੇਮਾਲ ਕਰ ਰਹੇ ਇਹਨੂੰ ਆਊਟਸਾਈਡ ਕੈਲੀਪਰ ਕਿਹਾ। ਸੋ ਆਊਟਸਾਈਡ ਕੈਲੀਪਰ ਦਾ ਜਿਵੇਂ ਆਪਾਂ ਪ੍ਰਯੋਗ ਤੁਹਾਨੂੰ ਪਹਿਲਾਂ ਦੱਸਿਆ, ਸੋ ਇਹਦਾ ਜਿਹੜਾ ਆਪਾਂ ਪ੍ਰਯੋਗ ਕਰਦੇ ਹਾਂ ਕਿਸੇ ਵੀ ਜੌਬ ਦੀ ਜਿਹੜੀ ਬਾਹਰਲੋਂ ਉਹਦੀ ਆਪਾਂ ਗੁਲਾਈ ਨਾਪਣੀ ਹੈ ਇਸ ਤਰੀਕੇ ਨਾਲ। ਦੇਖੋ ਇੱਦਾਂ ਆਪਾਂ ਸੈੱਟ ਕਰ ਲੈਣਾ, ਉਹਦੇ ਤੋਂ ਬਾਅਦ ਇਹਦੀ ਬਾਹਰੀ ਗੁਲਾਈ ਚੈੱਕ ਕਰਨੀ ਹੈ ਵੀ ਕਿੰਨੀ ਜ਼ਿਆਦਾ ਇਹਦੀ ਗੁਲਾਈ। ਸੋ ਇਹਦੀ ਗੁਲਾਈ ਚੈੱਕ ਕਰਨ ਲਈ ਜਿਹੜਾ ਹੈਗਾ ਆਪਾਂ ਆਊਟਸਾਈਡ ਕੈਲੀਪਰ ਦਾ ਇਸਤੇਮਾਲ ਕਰਦੇ। ਸੋ ਦੂਸਰੀ ਗੱਲ ਕਰੀਏ ਇਹ ਹੈਗਾ ਬੇਟੇ ਇਨਸਾਈਡ ਕੈਲੀਪਰ, ਇਹ ਹੈਗਾ ਇਨਸਾਈਡ ਕੈਲੀਪਰ। ਸੋ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੁੰਦਾ ਕਿ ਆਊਟਸਾਈਡ ਕੈਲੀਪਰ ਸਪਰਿੰਗ ਜੁਆਇੰਟ। ਸੋ ਬੇਟੇ ਇਹ ਵੀ ਸਪਰਿੰਗ ਜੁਆਇੰਟ ਆ ਕਿਉਂਕਿ ਇਹ ਸਪਰਿੰਗ ਨਾਲ। ਸੋ ਇਹਦੀ ਜਿਹੜੀ ਅੰਦਰੂਨੀ ਚੌੜਾਈ ਹੈ ਬੇਟੇ ਉਹ ਕਿੱਦਾਂ ਨਾਪਣੀ ਆਪਾਂ, ਸੋ ਦੇਖੋ ਇੱਦਾਂ ਆਪਾਂ ਇਹਨੂੰ ਲੂਜ਼ ਕਰ ਲੈਣਾ। ਲੂਜ਼ ਕਰਨ ਤੋਂ ਬਾਅਦ ਇੱਦਾਂ ਆਪਾਂ ਇਹਦੇ ਸੁਰਾਖ ਦੇ ਅੰਦਰ ਇਹਨੂੰ ਸੈੱਟ ਕਰ ਲੈਣਾ। ਸੈੱਟ ਕਰਨ ਤੋਂ ਬਾਅਦ ਜਿਹੜਾ ਆਪਾਂ ਚੈੱਕ ਕਰ ਲੈਣਾ ਵੀ ਸਕੇਲ ਦੇ ਉੱਤੇ ਇਹਦੀ ਕਿੰਨੀ ਰੀਡਿੰਗ। ਆਹ ਦੇਖੋ ਆਪਾਂ ਸਕੇਲ ਦੇ ਉੱਤੇ ਇਹਦੀ ਰੀਡਿੰਗ ਚੈੱਕ ਕਰ ਲਈ। ਸੋ ਇਹ ਲਗਭਗ ਜਿਹੜੀ ਹੈਗੀ ਆ 28 mm ਜਾਂ ਅਪਰੋਕਸੀਮੇਟਲੀ 30 ਦੇ ਰਾਊਂਡ ਬਾਊਟ। ਸੋ ਇਸ ਤਰੀਕੇ ਨਾਲ ਜੇਕਰ ਆਪਾਂ ਅੰਦਰੂਨੀ ਕਿਸੇ ਸੁਰਾਖ ਦੀ ਰੀਡਿੰਗ ਲੈਣੀ ਹੋਵੇ ਉਹਦੇ ਵਾਸਤੇ ਬੇਟੇ ਸਾਈਡ ਕੈਲੀਪਰ ਇੱਦਾਂ ਦੀਆਂ ਜਿਹੜੀਆਂ ਲੈਗਸ ਮੁੜੀਆਂ ਹੁੰਦੀਆਂ ਨੇ ਉਹਦਾ ਇਸਤੇਮਾਲ ਕਰਾਂਗੇ। ਜੇਕਰ ਕਿਸੇ ਚੀਜ਼ ਦੀ ਬਾਹਰੋਂ ਰੀਡਿੰਗ ਲੈਣੀ ਆ ਤਾਂ ਬੇਟੇ ਉਹਦੇ ਵਾਸਤੇ ਆਊਟਸਾਈਡ ਕੈਲੀਪਰ ਦਾ ਆਪਾਂ ਇਸਤੇਮਾਲ ਕਰਾਂਗੇ। ਸੋ ਜਿਹੜੇ ਕੈਲੀਪਰ ਨੇ ਬੇਟੇ ਇਹ ਬੇਸਿਕਲੀ ਜਿਹੜੇ ਆ ਇਹ 0.5 mm ਦੀ ਜਿਹੜੀ ਐਕੂਰੇਸੀ ਨਾਲ ਹੁੰਦੇ ਨੇ। ਸੋ ਇੰਨੀ ਐਕੂਰੇਸੀ ਨਾਲ ਜਿਹੜੀ ਆਪਾਂ ਮੈਚ ਕਰ ਸਕਦੇ। ਜਿਹੜਾ ਇਹਨਾਂ ਦਾ ਬੇਟੇ ਸਾਈਜ਼ ਹੁੰਦਾ ਉਹ 150 mm, 200 mm ਜਾਂ 300 mm ਤੱਕ ਜਿਹੜਾ ਇਹਨਾਂ ਦਾ ਸਾਈਜ਼ ਉਪਲਬਧ ਹੁੰਦਾ। ਸੋ ਮੇਨ ਪਰਪਸ ਕੀ ਆ, ਆਪਾਂ ਆਊਟਸਾਈਡ ਕੈਲੀਪਰ ਦੇ ਨਾਲ ਜਿਹੜਾ ਹੈਗਾ ਆਪਾਂ ਕਿਸੇ ਵੀ ਜੌਬ ਦੀ ਜਿਹੜੀ ਬਾਹਰੋਂ ਗੁਲਾਈ ਆ ਜਾਂ ਅੰਦਰੂਨੀ ਕਿਸੇ ਸੁਰਾਖ ਦੀ ਗੁਲਾਈ ਆ ਉਹ ਆਪਾਂ ਜਿਹੜੀ ਮੈਚ ਕਰਦੀ ਹੈ। ਸੋ ਦੋ ਤਰ੍ਹਾਂ ਦੇ ਹੈਗੇ।
ਇਹਦੀਆਂ ਲੈਗ ਜਿਹੜੀਆਂ ਰਿਬਨ ਜਾਂ ਪਿਵਟ ਨਾਲ ਜੁੜੀਆਂ ਹੋਈਆਂ ਨੇ, ਦੂਸਰਾ ਹੈਗਾ ਸਪਰਿੰਗ। ਸੋ ਇਹ ਬੇਟੇ ਜਿਹੜਾ ਅੱਜ ਦਾ ਤੁਹਾਡਾ ਟੌਪਿਕ ਹੈਗਾ। ਥੈਂਕ ਯੂ ਵੈਰੀ ਮਚ।